ਨੇ ਕੁਰਬਾਨ ਸਾਹਿਬ ਦੀ ਮਿਹਰਬਾਨੀ, ਇਹਨਾਂ ਨੇ ਕਿਹਾ ਵੀਰ ਜੀ ਇੱਥੇ ਆਓ, ਸਾਡੇ ਭਰਾ ਆਏ ਬੈਠੇ ਤੇ ਤੁਸੀਂ ਸਾਡੇ ਵੀ ਭਰਾ ਹੋ ਜੇ, ਇਹਨਾਂ ਦੇ ਭਰਾ ਦੀ ਮਿਹਰਬਾਨੀ ਬਾਈ ਜੀ। ਤੇ ਤੁਸੀਂ ਜਦੋਂ ਤੁਹਾਡਾ ਦਿਲ ਕਰੇ, ਠੀਕ ਹੈ ਜੀ, ਜਦੋਂ ਦਿਲ ਕਰੇ ਆਓ, ਤੁਹਾਡੀ ਆਪਣੀ ਦੁਕਾਨ, ਤੁਹਾਡਾ ਆਪਣਾ ਘਰ। ਬਹੁਤ ਬਹੁਤ ਸ਼ੁਕਰੀਆ ਬਾਈ, ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਬਾਈ, ਉਹਨਾਂ ਦੀ ਸਸਤੀ ਸਫਾਰੀ ਦੀ ਲੋੜ ਹੀ ਨਹੀਂ। ਨਹੀਂ, ਮੇਰੇ ਵਾਸਤੇ ਤੇ ਇਹਨਾਂ ਦਾ ਇਹਸਾਨ, ਕਿਉਂਕਿ ਮੌਲਾ ਅਲੀ ਦਾ ਕੌਲ ਹੈ ਕਿ ਤੁਸੀਂ ਦੋ ਸ਼ਖਸ ਦੇ ਚਿਹਰੇ ਕਦੇ ਨਹੀਂ ਭੁੱਲ ਸਕਦੇ, ਇੱਕ ਉਹ ਜਿਹੜਾ ਔਖੇ ਵੇਲੇ ਕੰਮ ਆ ਗਿਆ, ਇੱਕ ਉਹ ਜਿਹੜਾ ਔਖੇ ਵੇਲੇ ਸਾਥ ਛੱਡ ਗਿਆ, ਤੇ ਇਹ ਔਖੇ ਵੇਲੇ ਮੇਰੇ ਕੰਮ ਆਏ ਨੇ, ਇਹਨਾਂ ਨੂੰ ਮੈਂ ਨਹੀਂ ਭੁੱਲਣ ਲੱਗਾ। ਯਕੀਨ ਹਜੇ ਵੀ ਨਹੀਂ ਆ ਰਿਹਾ ਸੀ, ਅੱਛਾ ਬਾ ਖੁਦਾ, ਦੇਖੋ ਵਸੀਲਾ ਬੰਦਾ ਹੈ, ਠੀਕ ਹੈ, ਮੇਰੇ ਦਿਲ ਵਿੱਚ ਚਾਹ ਸੀ ਕਿ ਮੈਂ ਭਰਾ ਨੂੰ ਮਿਲਾਂ। ਫਿਰ ਕਹੇ ਕੇ ਵਾਪਿਸ ਅਲੀ ਬੁਲਾ ਰਾਗਦਾ ਮੇਰਾ ਮੰਗਤਾ ਮੇਰਾ ਬੁਲਾ। ਅੱਲਾਹ ਪਾਕ ਮੇਰੇ ਭਰਾ ਦੀ ਆਵਾਜ਼ 'ਚ ਹੋਰ ਸੁਰ ਪਾਵੇ, ਆਮੀਨ। ਬਹੁਤ 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 ਸੁਰੀਲੀ ਆਵਾਜ਼ ਔਰ ਦਿਲੀ ਸਕੂਨ ਮਿਲਿਆ। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਹਲਫਨ ਮੈਂ ਤੁਹਾਨੂੰ ਗੱਲ ਕਰਦਾ ਕਿ ਮੈਨੂੰ ਦਿਲੀ ਸਕੂਨ ਮਿਲਿਆ ਤੇਰੀ ਆਵਾਜ਼, ਅੱਲਾਹ ਤਾਲਾ ਬਹੁਤ ਗਰੀ, ਮੈਂ ਤੁਹਾਡੇ ਸਦਕੇ ਅਕਸੈਪਟ ਨਹੀਂ ਕਰ ਰਿਹਾ ਸੀ ਇੰਨੀ, ਮਤਲਬ ਕਿ ਸੁਰੀਲੀ ਆਵਾਜ਼ ਆ, ਇੰਨੀ ਕਿ ਬਰੀਕ ਜੀ ਜਾਨ ਦੇ ਵਿੱਚ ਛੋਟੇ ਜਿਹੇ ਕੱਦ 'ਚ, ਤੇ ਮਾਸ਼ਾਅੱਲਾ ਤੂੰ ਬਹੁਤ ਬੜਾ ਦੁਨੀਆ ਦਾ ਕੀਮਤੀ ਖਜ਼ਾਨਾ ਲਈ ਬੈਠਾ। ਤੂੰ ਹਜ਼ੂਰ ਪਾਕ ਸੱਲ੍ਹਾ ਅਲੈਹਿ ਵਸੱਲਮ ਦੀ ਸਿਫਤ ਬਿਆਨ ਕਰਨ ਵਾਲਾ, ਅੱਲਾਹ ਤਾਲਾ ਨੇ ਤੈਨੂੰ ਆਹ ਰਾਹ ਦਿੱਤਾ, ਤੇ ਇਨਸ਼ਾਅੱਲਾ ਤਾਲਾ ਰੱਬ ਤੈਨੂੰ ਇਜ਼ਤਾਂ ਵੀ ਦੁਨੀਆ ਤੋਂ ਅਲੱਗ ਦੇ। ਇਹ ਦੁਆ ਕਰੋ ਕਿ ਅੱਲਾਹ ਤਾਲਾ ਮੇਰੀ ਪਹਿਚਾਨ ਦੁਨੀਆ ਆਖਰਤ ਵਿੱਚ ਮੁਹੰਮਦ ਵਾਲੇ ਮੁਹੰਮਦ ਦਾ ਜ਼ਿਕਰ ਕਰੇ। ਬਾਈ ਜੀ ਮੇਰੇ ਚੜ੍ਹਦੇ ਪੰਜਾਬ ਵਾਲੇ, ਲੈਂਦੇ ਪੰਜਾਬ ਵਾਲੇ, ਬਾਈ ਦੇ ਦੋ ਬੋਲ ਸੁਣ ਕੇ ਦਾਤ ਜ਼ਰੂਰ ਦਿਓ ਜੇ ਤੁਹਾਨੂੰ ਪਸੰਦ ਆਉਣ, ਕਿਉਂਕਿ ਮੈਂ ਵੀ ਪਹਿਲੀ ਵਾਰੀ ਇਸ ਨਾਥ ਖਾਨ ਨੂੰ ਮਿਲਿਆ, ਮੇਰਾ ਭਰਾ ਮੈਨੂੰ ਮਿਲਣ ਆਇਆ, ਮੈਨੂੰ ਬਹੁਤ ਖੁਸ਼ੀ ਹੋਈ ਆ, ਤੇ ਬਾਈ ਦੇ ਦੋ ਚਾਰ ਬੋਲ ਕਹਿੰਦੇ ਤੁਹਾਨੂੰ ਸੁਣਾਉਣਾ ਚਾਹੁੰਦੇ, ਤੇ ਬਾਈ ਉਹਨਾਂ ਦੀ ਵਾਲਦਾ ਨੇ ਬਾਈ ਨੂੰ ਕਹਿ ਕੇ ਭੇਜਿਆ ਕਿ ਜਾ ਕੇ ਤੂੰ ਉੱਥੇ ਸੁਣਾਉਣੇ ਆ, ਤੇ ਬਾਈ ਇਸ ਕਰਕੇ ਸਪੈਸ਼ਲ ਇਹ ਨਾਚ ਸੁਣਾਣੀ ਹੈ, ਸਪੈਸ਼ਲ ਕਹਿੰਦੇ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਨਾਚ ਸੁਣਾਉਣੀ ਹੈ, ਬਿਲਕੁਲ ਕਾਬਲ ਇਹਤਰਾਮ ਆ। ਜੀ ਜੀ, ਮਾਂ ਜੀ ਨੂੰ ਵੀ ਸਾਡਾ ਸਲਾਮ ਕੀਓ ਜਾ ਕੇ, ਤੇ ਦੁਆ ਸਾਡੇ ਵਾਸਤੇ ਹਰ ਟਾਈਮ ਉਹਨਾਂ ਨੂੰ ਕੀਓ ਕਰਦੇ ਰਹਿਣ, ਜਿੱਦਾਂ ਦੇ ਤੁਸੀਂ ਪੁੱਤਰ ਉਹਨਾਂ ਦੇ ਅਸੀਂ ਉਹਨਾਂ ਦੇ ਪੁੱਤਰ, ਇਨਸ਼ਾਅੱਲਾ ਜੀ। ਤੁਸੀਂ ਸਾਡੇ ਕੋਲ ਆਏ ਆ, ਹਮੇਸ਼ਾ ਤੁਹਾਡੀ ਕਦਰ ਹੋਏਗੀ, ਜਦੋਂ ਦਿਲ ਕਰੇ ਤੁਸੀਂ ਮੇਰੇ ਕੋਲ। ਹੁਣ ਤੇ ਘਰ ਬਣ ਗਿਆ, ਹੁਣ ਤੁਸੀਂ ਵੀ ਜਦੋਂ ਬਾਬਲ ਕਰਾਣਾ ਤੇ ਤੁਸੀਂ ਭਰਾ ਦੇ ਕੋਲ ਆਣਾ, ਮੈਂ ਤੇ ਵਿੱਚ ਸ਼ਹਿਰ ਦੇ ਰਹਿੰਦਾ ਥਾਬੇ ਦਾ। ਅਸਲਾਮ ਅਲੈਕੁਮ ਜੀ, ਕੀ ਹਾਲ ਚਾਲ ਹੈ ਜੀ, ਉਮੀਦ ਕਰਤਾ ਹੂੰ ਠੀਕ ਹੋਗੇ, ਖੈਰੀਅਤ ਸੇ ਹੋਗੇ। ਸਵੇਰੇ ਸਵੇਰੇ ਤੁਹਾਡੇ ਭਰਾ ਨੂੰ ਉਠਾਤਾ ਸਾਜਿਦ ਬਾਈ ਨੇ, ਸਾਜਿਦ ਬਾਈ ਕੌਣ ਹੈ ਉਹ ਆਪਨੇ ਦੇਖ ਹੀ ਲਓਗਾ ਪਿਛਲੇ ਵਲੌਗ ਮੇਂ, ਈਦ ਵਾਲੇ ਵਲੌਗ ਮੇਂ ਮੁਬੀਨ ਬਾਈ ਗਏ ਹੋਏ ਹੈ ਹਮਜ਼ਾ ਕੋ ਲੈਣ ਕੇ ਲਈ ਲਾਹੌਰ, ਉਹ ਉਮਰੇ ਸੇ ਆਇਆ ਤੇ ਉਹਨਾਂ ਨੇ ਕਿਹਾ ਪੁੱਤਰ ਤੂੰ ਉੱਠ, ਤੂੰ ਮੇਰੇ ਨਾਲ ਕੰਪਨੀ ਦੇਗਾ, ਹੁਣ ਕਿੱਥੇ ਜਾਣਾ ਹੈ ਇਹ ਸਾਜਿਦ ਬਾਈ ਆ ਕੇ ਦੱਸਣਗੇ, ਮੈਨੂੰ ਤੇ ਉਹਨਾਂ ਨੇ ਤਿਆਰ ਕਰਾਤਾ ਤੇ ਹਰੇ ਫਿਰ ਉਹਨਾਂ ਦਾ ਫੋਨ ਆਇਆ, ਪਹਿਲੇ ਮੈਨੂੰ ਅੱਧਾ ਘੰਟਾ ਪਹਿਲਾਂ ਫੋਨ ਕੀਤਾ ਕਿ ਤਿਆਰ ਹੋ ਜਾ, ਹੁਣ ਜਦੋਂ ਮੈਂ ਤਿਆਰ ਹੋ ਗਿਆ ਤੇ ਕਹਿੰਦੇ ਨੇ ਮੈਂ 10 ਮਿੰਟਾਂ ਤੱਕ ਆ ਰਿਹਾ, ਤੂੰ ਇੰਤਜ਼ਾਰ ਕਰ, ਲਿਹਾਜ਼ਾ ਇੰਤਜ਼ਾਰ ਕਰ ਰਹੇ ਹਾਂ, ਹੁਣ ਜਦੋਂ ਆਉਂਦੇ ਨੇ ਫਿਰ ਪਤਾ ਲੱਗੇਗਾ ਕਿ ਕਿੱਥੇ ਜਾਣਾ ਹੈ ਤੇ ਕਿਉਂ ਜਾਣਾ ਹੈ, ਕਦ ਲਈ ਜਾਣਾ। ਹਾਂਜੀ ਸਾਹਿਬ ਭਾਈ ਆ ਗਏ ਨੇ, ਸਾਹਿਬ ਭਾਈ ਇੰਤਜ਼ਾਰ ਨਾ ਕਰਵਾਓ, ਇਸ ਤੋਂ ਪਹਿਲੇ ਗਾੜੀ ਮੈਂ ਬੈਠ ਕੇ। ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ ਜੀ, ਠੀਕ ਹੈ ਅਲਹਮਦੁਲਿਲਾ। ਦੋ ਮਿੰਟ ਜੀ ਮੈਂ ਅੰਦਰ ਐਂਟਰ ਹੋ ਜਾਊਂ, ਉਸਕੇ ਬਾਅਦ ਸਾਜ ਬਈ। ਹਾਂਜੀ ਜੀ, ਆ ਬਤਾਏ ਸਾਜ ਬਈ, ਜੀ ਮੁਫਤੀ ਵਸੀਲਾ ਸਾਹਿਬ ਹੈ ਜੀ। ਅੱਛਾ ਜੀ, ਜੀ ਹਮਾਰੇ ਸ਼ੇਖ ਸਾਹਿਬ ਹੈ ਜੀ, ਬੜੇ ਪਿਆਰੇ ਭਾਈ ਹੈ। ਅੱਛਾ ਜੀ, ਹਾਂਜੀ ਜੀ ਸਾਜ ਬਈ ਆ ਗਏ, ਔਰ ਅਬ ਹਮ ਆਪਣੇ ਸਫ਼ਰ ਕੋ ਸ਼ੁਰੂ ਕਰਦੇ ਹਾਂ। ਅੱਛਾ ਸਾਜ ਬਈ, ਮੈਨੇ ਨਿਕਲਣ ਸੇ ਪਹਿਲੇ ਯੇ ਕਹਾ ਹੈ ਕਿ ਮੁਝੇ ਨਹੀਂ ਪਤਾ ਕਿ ਆਜ ਸਾਜ ਬਈ ਕਿੱਧਰ ਲੈ ਕੇ ਜਾ ਰਹੇ ਹੈ। ਅੱਛਾ, ਇਹ ਸਾਜ ਬਈ ਇੱਕ ਤਰ੍ਹਾਂ ਸੇ ਮੇਰੇ ਲਈ ਇੱਕ ਸਰਪ੍ਰਾਈਜ਼ ਹੈ ਕਿ ਪੁੱਤਰ ਤੂੰ ਉੱਠ ਜਾ, ਤੇਰੇ ਸੈਰ ਸਪਾਟੇ ਤੇ ਲੈ ਕੇ ਚੱਲਣਾ, ਸਰਪ੍ਰਾਈਜ਼ ਵੀ ਹੋਗਾ। ਅੱਛਾ ਜੀ, ਜਬ ਆਪਕੋ ਮਿਲੇਗਾ ਤੋ ਆਪਕੋ ਮਜ਼ਾ ਆਏਗਾ। ਚਲੇ ਜੀ,
ਹੈ ਤੇ ਮੇਰੇ ਵਾਸਤੇ ਇਹਨਾਂ ਨੇ ਫਿਰ ਇੱਕ ਰਾਜ ਰੱਖਤਾ ਰਸਤੇ ਮੈਂ ਇਸ ਲਈ ਵੀਡੀਓ ਨਹੀਂ ਬਣਾਈ ਕਿਉਂਕਿ ਰਸਤੇ ਮੈਂ ਬਹੁਤ ਜ਼ਿਆਦਾ ਸ਼ੋਰ ਥਾ ਔਰ ਹਮਨੇ ਸ਼ੀਸ਼ੇ ਨੀਚੇ ਗਏ ਹੋਏ ਥੇ ਇਸ ਲਈ ਵੀਡੀਓ ਨਹੀਂ ਬਣਾ ਸਕੇ ਵੀ ਹਮ ਇੱਕ ਪੈਟਰੋਲ ਪੰਪ ਪਰ ਰੁਕੇ ਹਾਂ ਚਿਸ਼ਤੀਆਂ ਤੋਂ ਹਮ ਪਹੁੰਚ ਗਏ ਨਾ ਭਾਈ ਬਾਈ ਚਿਸ਼ਤੀਆਂ ਹਮ ਬਿਲਕੁਲ ਬਾਹਰ ਪਹੁੰਚ ਚੁੱਕੇ ਹਾਂ ਚਿਸ਼ਤੀਆਂ ਤੋਂ ਹਮ ਪਹੁੰਚ ਗਏ ਹਾਂ ਅੱਜ ਅਸੀਂ ਆਏ ਚਿਸ਼ਤੀਆਂ ਅਤੇ ਹੁਣ ਵੇਖਦੇ ਹਾਂ ਕਿ ਕੀ ਕਰਦੇ ਹਾਂ ਮੌਸਮ ਬੜਾ ਪਿਆਰਾ ਹੋ ਗਿਆ ਜੀ ਔਰ ਮੇਰਾ ਸਾਹਿਜ ਬਾਈ ਸਾਹਿਜ ਦੂਸਰਾ ਐਕਸਪੀਰੀਅੰਸ ਹੈ ਸਫ਼ਰ ਦਾ ਪਹਿਲਾਂ ਜੋ ਸਫ਼ਰ ਦਾ ਉਹ ਪਤਾ ਸੀ ਕਿ ਅਸੀਂ ਲਾਹੌਰ ਜਾ ਰਹੇ ਹਾਂ ਲੇਕਿਨ ਇਹ ਜੋ ਸਫ਼ਰ ਹੈ ਇਸਮੇ ਹਮੇਂ ਪਤਾ ਨਹੀਂ ਹੈ ਸਫ਼ਰ ਮੁਝੇ ਨਹੀਂ ਪਤਾ ਕਿ ਮੇਰੇ ਲਈ ਸਰਪ੍ਰਾਈਜ਼ ਕਿਆ ਕਿਉਂਕਿ ਸਾਹਿਬ ਮੈਨੇ ਦੋ ਦਫ਼ਾ ਕਹਿ ਦਿਆ ਕਿ ਤੁਹਾਡੇ ਲਈ ਸਰਪ੍ਰਾਈਜ਼ ਹੈ ਅਬ ਦੇਖਦੇ ਹਾਂ ਸਰਪ੍ਰਾਈਜ਼ ਕੌਣ ਸਾ ਹਮੇਂ ਮਿਲਤਾ ਜੀ ਲਓ ਜੀ ਅਸੀਂ ਪਹੁੰਚ ਤੇ ਗਏ ਹਾਂ ਪਰ ਜਿਨ੍ਹਾਂ ਦੇ ਕੋਲ ਅਸੀਂ ਆਏ ਹਾਂ ਉਹਨਾਂ ਦੀ ਦੁਕਾਨ ਨਹੀਂ ਲੱਭ ਰਹੀ ਹੈ ਇੱਕ ਪਾਸੇ ਉਹਨਾਂ ਨੂੰ ਫੋਨ ਕੀਤਾ ਹੈ ਅਤੇ ਇੱਕ ਪਾਸੇ ਅਸੀਂ ਦੁਕਾਨ ਲੱਭੀ ਜਾ ਰਹੇ ਹਾਂ ਲਓ ਜੀ ਮਿਲ ਚੁੱਕੇ ਹੈ ਹਾਂਜੀ ਜੀ ਆਪ ਹਮ ਜਾ ਰਹੇ ਹੈ ਜਿਸ ਬੰਦੇ ਸੇ ਹਮਨੇ ਮਿਲਣਾ ਹੈ ਯਹਾਂ ਜਿਸ ਲਈ ਹਮ ਆਏ ਹੈ ਵੋ ਵੀ ਚੱਲ ਕੇ ਆਪਕੋ ਬਤਾਤੇ ਹੈ ਆਗੇ ਔਰ ਵੋ ਜਾ ਕੇ ਬਾਈਕ ਪਰ ਭਾਈ ਜਾ ਰਹੇ ਹੈ ਵੋ ਹਮੇਂ ਲੈ ਕੇ ਜਾ ਰਹੇ ਹੈ ਔਰ ਜਿਨ੍ਹਾਂ ਦਾ ਇੰਤਜ਼ਾਰ ਹੋ ਰਿਹਾ ਹੈ ਦੁਆ ਕਰੇ ਉਹ ਲੱਭ ਜਾਣ ਅਤੇ ਤੁਹਾਡੇ ਵਾਸਤੇ ਸਰਪ੍ਰਾਈਜ਼ ਜੋ ਕਿ ਮੈਨੂੰ ਤਾਂ ਪਤਾ ਲੱਗ ਗਿਆ ਪਰ ਤੁਹਾਡੇ ਵਾਸਤੇ ਜੇ ਮੈਂ ਸਰਪ੍ਰਾਈਜ਼ ਹੀ ਰੱਖਿਆ ਤੁਹਾਨੂੰ ਵੀ ਦੱਸਾਂ ਆ ਲੈਣ ਦਿਓ ਪਹਿਲੇ ਉਹਨਾਂ ਨੂੰ ਸ਼ੁਕਰੀਆ ਮੈਨੂੰ ਇਹਨਾਂ ਨੇ ਕਿਹਾ ਕਹਿੰਦੇ ਕਿ ਯਾਰ ਤੁਸੀਂ ਜਦੋਂ ਆਓਗੇ ਨਾ ਅਸੀਂ ਸਮਾਂ ਭਾਈ ਨਾਲ ਮਿਲਵਾ ਲਾਂਗੇ ਤੇ ਮੈਨੂੰ ਯਕੀਨ ਹਜੇ ਵੀ ਨਹੀਂ ਆ ਰਿਹਾ ਸੀ ਮੈਂ ਅੱਛਾ ਵਾਹ ਖੁਦਾ ਦੇਖੋ ਵਸੀਲਾ ਬਣਦਾ ਹੈ ਠੀਕ ਹੈ ਮੇਰੇ ਦਿਲ ਵਿੱਚ ਚਾਹ ਸੀ ਕਿ ਮੈਂ ਭਰਾ ਨੂੰ ਮਿਲਾਂ ਔਰ ਭਰਾ ਤੋਂ ਥੋੜ੍ਹੀ ਗਾਈਡਲਾਈਨ ਲਵਾਂ ਲੇਕਿਨ ਉਹਦੇ ਵਿੱਚ ਅੱਲਾਹ ਤਾਲਾ ਨੇ ਵਸੀਲਾ ਕਿਵੇਂ ਬਣਾਇਆ ਹੁਣ ਤੁਸੀਂ ਵੇਖੋ ਤੁਸੀਂ ਕਦੋਂ ਦਾ ਕੰਮ ਕਰ ਰਹੇ ਹੋ ਸਕਦਾ ਇਸ ਕਮਰੇ 'ਚ ਬੈਠੇ ਕਈ ਲੋਕ ਨਾ ਜਾਣਦੇ ਹੋਣ ਕਿ ਤੁਸੀਂ ਕਦੋਂ ਦਾ ਕੰਮ ਕਰ ਰਹੇ ਹੋ ਲੇਕਿਨ ਇਸ ਚੀਜ਼ ਨੂੰ ਮੈਂ ਜਾਣਦਾ ਕਿ ਤੁਸੀਂ ਕਦੋਂ ਦਾ ਕੰਮ ਕਰ ਰਹੇ ਹੋ ਔਰ ਉਦੋਂ ਦਾ ਤੁਹਾਡੇ ਮਗਰ ਮੈਂ ਲੱਗਿਆ ਹੋਇਆ ਸੀ ਕਿ ਯਾਰ ਅੱਛਾ ਫਿਰ ਮੇਰੇ ਦਿਲ 'ਚ ਇਹ ਖਿਆਲ ਸੀ ਕਿ ਯਾਰ ਅਗਰ ਮੈਂ ਜਾਵਾਂ ਚਿਸ਼ਤੀਆਂ ਤਮਾਮ ਯੂਟਿਊਬਰ ਇਸ ਤਰ੍ਹਾਂ ਕਰਦੇ ਨੇ ਜਾਓ ਉਹ ਜਾ ਕੇ ਨਾ ਮਿਲਣ ਅਤੇ ਉਹ ਬੜਾ ਹੁੰਦਾ ਸੀ ਫਿਰ ਸਾਹਿਬ ਭਾਈ ਇਹ ਵੀ ਜਾਣਦੇ ਨੇ ਕਿ ਮੇਰੇ ਘਰ ਦੇ ਮੈਨੂੰ ਬਾਹਰ ਨਹੀਂ ਨਿਕਲਦੇ ਨੇ ਇਕੱਲੇ ਨੂੰ ਲੇਕਿਨ ਸਾਹਿਬ ਭਾਈ ਵੱਡੇ ਭਰਾ ਬਣੇ ਨੇ ਇਹਨਾਂ ਨੇ ਕਿਹਾ ਮੈਂ ਬਾਲ ਨੂੰ ਲੈ ਕੇ ਜਾ ਰਿਹਾ ਤੁਹਾਡੇ ਅਤੇ ਆਪਣੀ ਜ਼ਿੰਮੇਵਾਰੀ 'ਚ ਲੈ ਕੇ ਚੱਲਾਂ ਤੁਹਾਡਾ ਕੰਮ ਵੀ ਹੋਵੇਗਾ ਸਭ ਕੁਝ ਹੋਏਗਾ ਆਹ ਹੁਣੀ ਜਦੋਂ ਇੱਥੇ ਆਏ ਹੈ ਵਾਹ ਖੁਦਾ ਮੈਂ ਇੱਥੇ ਆਇਆ ਮੈਂ ਕਿਹਾ ਪਤਾ ਨਹੀਂ ਉਹ ਆ ਦੇਣ ਨਹੀਂ ਆਵੇਗਾ ਮੈਂ ਕਿਹਾ ਮੈਂ ਆ ਤੇ ਗਿਆ ਕੀ ਹੋ ਰਿਹਾ ਅੱਛਾ ਮੈਂ ਘਰੋਂ ਗੁਫ਼ਤਗੂ ਨਹੀਂ ਜਦੋਂ ਮੈਂ ਘਰੋਂ ਨਿਕਲਿਆ ਜਦੋਂ ਮੈਂ ਘਰੋਂ ਨਿਕਲਿਆ ਤੇ ਮੈਂ ਵੀਡੀਓ 'ਚ ਨਹੀਂ ਦੱਸਿਆ ਕਿ ਮੈਂ ਕਿੱਥੇ ਚੱਲਾਂ ਅੱਛਾ ਠੀਕ ਹੈ ਇਸ ਬੰਦੇ ਦੀ ਬਹੁਤ ਜ਼ਰੂਰੀ ਹੈ ਇਹ ਬਾਈ ਹੁਣੀ ਆਏ ਆ ਸਵੈ ਸਾਹਿਬ ਦੀ ਵੀਡੀਓ ਲਾ ਰਹੇ ਆ ਸਵੈ ਸਾਹਿਬ ਨੇ ਸਾਨੂੰ ਆਰਡਰ ਮਾਰਿਆ ਅਸੀਂ ਬਾਈ ਪੂਰੀ ਤਰ੍ਹਾਂ ਉੱਡਦੇ ਆਏ ਆ ਇੱਥੇ ਕੁਰਬਾਨ ਸਾਹਿਬ ਦੀ ਸਾਰੀ ਮਿਹਰਬਾਨੀ ਹੈ ਕੁਰਬਾਨ ਸਾਹਿਬ ਦੀ ਮਿਹਰਬਾਨੀ ਇਹਨਾਂ ਨੇ ਕਿਹਾ ਵੀਰ ਜੀ ਇੱਥੇ ਆਓ ਸਾਡੇ ਭਰਾ ਆਏ ਬੈਠੇ ਤੇ ਤੁਸੀਂ ਸਾਡੇ ਵੀ ਭਰਾ ਹੋ ਜੇ ਇਹਨਾਂ ਦੇ ਭਰਾ ਮਿਹਰਬਾਨ ਬਾਈ ਤੁਸੀਂ ਜਦੋਂ ਤੁਹਾਡਾ ਦਿਲ ਕਰੇ ਠੀਕ ਹੈ ਜਦੋਂ ਦਿਲ ਕਰੇ ਆਓ ਤੁਹਾਡੀ ਆਪਣੀ ਦੁਕਾਨ ਤੁਹਾਡਾ ਆਪਣਾ ਘਰ ਬਹੁਤ ਬਹੁਤ ਸ਼ੁਕਰੀਆ ਬਾਈ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਬਾਈ ਉਹਨਾਂ ਦੀ ਸਸਤੀ ਸਫਾਰੀ ਦੀ ਲੋੜ ਹੀ ਨਹੀਂ ਨਹੀਂ ਮੇਰੇ ਵਾਸਤੇ ਤੇ ਇਹਨਾਂ ਦਾ ਇਹਸਾਨ ਕਿਉਂਕਿ ਮੌਲਾ ਅਲੀ ਦਾ ਕੌਲ ਹੈ ਕਿ ਤੁਸੀਂ ਦੋ ਸ਼ਖਸ ਦੇ ਚਿਹਰੇ ਕਦੇ ਨਹੀਂ ਭੁੱਲ ਸਕਦੇ ਇੱਕ ਉਹ ਜਿਹੜਾ ਔਖੇ ਵੇਲੇ ਕੰਮ ਆ ਗਿਆ ਇੱਕ ਉਹ ਜਿਹੜਾ ਔਖੇ ਵੇਲੇ ਸਾਥ ਛੱਡ ਗਿਆ ਤੇ ਇਹ ਔਖੇ ਵੇਲੇ ਮੇਰੇ ਕੰਮ ਆਏ ਨੇ ਇਹਨਾਂ ਨੂੰ ਮੈਂ ਨਹੀਂ ਭੁੱਲਣ ਲੱਗਾ ਭੁੱਲ ਜਾਣ ਭਾਈ ਬਹੁਤ ਔਖੇ ਔਖੇ ਬੰਦਿਆਂ ਦੇ ਕੰਮ ਆਉਂਦੇ ਆ ਬਹੁਤ ਜ਼ਿਆਦਾ ਔਖੇ ਜਿਹੜੇ ਜ਼ਿੰਦਗੀ ਦੇ ਔਖੇ ਹੁੰਦੇ ਨੇ ਉਹਨਾਂ ਦੇ ਕੰਮ ਜ਼ਿੰਦਗੀ ਦੇ ਵੀ ਔਖੇ ਆਪਾਂ ਉਹਨਾਂ ਦੇ ਕੰਮ ਆ ਗਿਆ ਅਗੇਨ ਮੈਂ ਸਾਹਿਬ ਭਾਈ ਦਾ ਔਰ ਉਹਨਾਂ ਭਾਈ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਉਹਨੂੰ ਉੱਪਰ ਆਇਓ ਬਹਿ ਕੇ ਗੱਪਸ਼ਪ ਲਾਓ ਉਹ ਹੈ ਨਹੀਂ ਨਹੀਂ ਇਹ ਉਹ ਹੈ ਸ਼ਾਰਟ ਨਹੀਂ ਲਈਦਾ ਸਿਰਫ ਉਹ ਹੈ ਕਰੋ ਕਰੋ ਬਾਤ ਅਗਰ ਫੈਮਿਲੀ ਵਾਲਿਆਂ ਨੂੰ ਬਣਾਉਣਾ ਉੱਥੋਂ ਕਲਿੱਪ ਕਲਿੱਪ ਕਿਹਾ ਮੁੜ ਕੇ ਪੱਠੇ ਵੜਨ ਜਾਂਦੇ ਪਏ ਆ ਜਾ ਕੇ ਪੱਠੇ ਵੜਦੇ ਜੋ ਵੀ ਠੀਕ ਹੈ ਅਗਰ ਸਤਾਰ ਦੱਸ ਦਿਓ
ਅਸੀਂ ਲੈ ਆਵਾਂਗੇ ਘਰ ਵਾਲਿਆਂ ਨੂੰ ਤੇ ਤੁਸੀਂ ਨਾਲ ਵੀਡੀਓ ਬਣਾ ਲਓ, ਮੈਂ ਕਿਹਾ ਦੇਖ ਪਾਓ ਤੇਰੀ ਮਿਹਰਬਾਨੀ ਮੇਰੀ ਬਣੀ ਵੀਡੀਓ ਤੋਂ ਬਾਅਦ ਮਸ਼ਹੂਰ ਹੋਣਾ ਚਾਹੁੰਦਾ। ਹਾਂਜੀ ਜੀ, ਕੀ ਹਾਲ ਚਾਲ ਨੇ ਅਗੇਨ, ਤੁਹਾਨੂੰ ਹਾਲ ਪੁੱਛ ਰਹੇ। ਅੱਜ ਮੇਰਾ ਦਿਲ ਚਾਹ ਰਿਹਾ ਕਿ ਮੈਂ ਵੀਡੀਓ ਉਸੇ ਤਰੀਕੇ ਨਾਲ ਬਣਾਵਾਂ ਜਿਸ ਤਰੀਕੇ ਨਾਲ ਮੇਰਾ ਵੀਰ ਗੱਲ ਕਰਦਾ ਹੈ, ਕਿ ਜਿੱਦਾਂ ਕਿ ਉਹਨਾਂ ਦੀ ਆਪਣੀ ਜ਼ਬਾਨ, ਹਾਲਾਂਕਿ ਮਾਦਰੀ ਜ਼ਬਾਨ ਨਾਲ ਹੀ ਪਹਿਚਾਨੇ ਗਏ ਨੇ ਪੰਜਾਬੀ, ਔਰ ਤੁਸੀਂ ਇਹਨਾਂ ਦੇ ਵਲੌਗਸ ਵੀ ਵੇਖਦੇ ਹੋਵੋਗੇ, ਅਤੇ ਉਸਾਮਾ ਬਾਈ ਮੇਰੇ ਨਾਲ ਨੇ ਅੱਜ ਇਹਨਾਂ ਨੂੰ ਮਿਲਣ ਵਾਸਤੇ, ਔਰ ਸ਼ਾਹਿਦ ਬਾਈ ਨੇ ਮੈਨੂੰ ਸਿਰਫ ਇਹਨਾਂ ਨੂੰ ਮਿਲਵਾਉਣ ਵਾਸਤੇ 52 ਨਗਰ ਤੋਂ ਜਿਹੜਾ ਚਿਸ਼ਤੀਆ ਤੱਕ ਦਾ ਸਫ਼ਰ ਕਰਵਾਇਆ, ਔਰ ਹਾਲਾਂਕਿ ਮੈਨੂੰ ਪਤਾ ਨਹੀਂ ਸੀ, ਮੈਂ ਅਜੇ ਵੀ ਇਹੀ ਸੋਚ ਰਿਹਾ ਸੀ ਕਿ ਪਤਾ ਨਹੀਂ ਮਿਲਦੇ ਨੇ ਨਹੀਂ ਮਿਲਦੇ ਨੇ, ਮੁਲਾਕਾਤ ਹੁੰਦੀ ਨਹੀਂ ਹੁੰਦੀ ਹੈ, ਲੇਕਿਨ ਬਹੁਤ ਬਹੁਤ ਸ਼ੁਕਰੀਆ ਉਸਾਮਾ ਬਾਈ ਤੁਸੀਂ ਮਿਲੇ, ਤੁਸੀਂ ਇਹ ਕ੍ਰਮ ਨਿਵਾਜ਼ੀ ਇਹ ਸ਼ਿਫਕਤ ਕੀਤੀ, ਕਿਉਂਕਿ ਵੱਡਾ ਭਰਾ ਜਿਹੜਾ ਹੁੰਦਾ ਨਾ ਉਹ ਆਪਣੇ ਚੀਜ਼ਾਂ ਨਾਲ ਪਤਾ ਲੱਗਦਾ, ਅਤੇ ਬਾਕੀ ਤੁਸੀਂ ਵੀ ਜ਼ਰਾ ਆਪਣੇ ਬਾਰੇ ਦੱਸੋ, ਹਾਲਾਂਕਿ ਲੋਕ ਤੁਹਾਨੂੰ ਜਾਣਦੇ ਨੇ, ਲੇਕਿਨ ਜਿਹੜੀ ਮੇਰੀ ਆਡੀਅੰਸ ਹੈ ਉਹਨਾਂ ਨੂੰ ਪਤਾ ਲੱਗੇ ਕਿ ਤੁਸੀਂ ਕੌਣ ਹੋ ਅਤੇ ਮੈਂ ਕਿਉਂ ਤੁਹਾਡੇ ਕੋਲ ਮਿਲਣ ਆਇਆ, ਆਖਿਰ ਵਜ੍ਹਾ ਕੀ ਸੀ? ਅੱਲਾਹ ਤਾਲਾ ਦਾ ਸ਼ੁਕਰ ਹੈ ਜੀ, ਅੱਲਾਹ ਤਾਲਾ ਨੇ ਇੱਜ਼ਤ ਦਿੱਤੀ ਆ, ਤੁਹਾਡੇ ਵਰਗੇ ਭਰਾ ਮਿਲਣ ਆਉਂਦੇ ਆ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜੀ, ਅਤੇ ਫਰੂਟ ਮੰਡੀ ਚੈਨਲ 'ਤੇ ਮੇਰੀ ਵੀਡੀਓਜ਼ ਵਗੈਰਾ ਲੋਕ ਦੇ, ਅੱਲਾਹ ਤਾਲਾ ਨੇ ਇੱਜ਼ਤ ਦਿੱਤੀ, ਤੁਸੀਂ ਭਰਾ ਮਿਲਣ ਆਉਂਦੇ ਆ, ਮੈਂ ਇਸ ਮੁਹੱਬਤ ਦਾ ਮੈਂ ਦੇ ਨਹੀਂ ਦੇ ਸਕਦਾ ਜਿਹੜਾ ਤੁਸੀਂ ਪਿਆਰ ਮੈਨੂੰ ਦਿੰਦੇ ਆ। ਬਾਕੀ ਆਪਣਾ ਮੈਂ ਸਮਝ ਵੀ ਤੁਹਾਡਾ, ਕਿਉਂਕਿ ਖਸੂਸੀ ਤੌਰ 'ਤੇ ਤੁਹਾਡੀ ਇੱਕ ਬੋਲੀ ਹੈ ਨਾ ਪੰਜਾਬੀ, ਜਿਹਦੇ ਨਾਲ ਤੁਹਾਡੀ ਪਹਿਚਾਣ ਬਣੀ ਹੈ, ਹਾਂਜੀ, ਉਹ ਦਿਲ 'ਚ ਘਰ ਕਰ ਗਈ, ਲੇਕਿਨ ਤੁਹਾਡੀ ਬੋਲੀ ਮੇਰੇ ਦਿਲ 'ਚ ਘਰ ਕਰ ਗਈ, ਹੁਣ ਮੈਂ ਚਾਹੁੰਦਾ ਕਿ ਮੇਰੀ ਬੋਲੀ ਤੁਹਾਡੇ ਦਿਲ 'ਚ ਘਰ ਕਰੇ, ਕਿਉਂਕਿ ਮੇਰੇ ਯੂਟਿਊਬਰ ਜਿੰਨੇ ਵੀ ਮੇਰੇ ਬਾਕੀ ਸਬਸਕ੍ਰਾਈਬਰ ਨੇ ਉਹ ਜਾਣਦੇ ਨੇ ਮੇਰੀ ਪਹਿਚਾਣ ਮੁਹੰਮਦ ਵਾਲੇ ਮੁਹੰਮਦ ਦਾ ਜ਼ਿਕਰ ਬਣਿਆ, ਔਰ ਮੇਰੀ ਮਾਂ ਨੇ ਮੈਨੂੰ ਆਉਂਦੇ ਕਿਹਾ ਸੀ, ਕਿਉਂਕਿ ਮੈਂ ਨਾਚਾਂ 'ਤੇ ਹੈ ਪ੍ਰੋਫੈਸ਼ਨਲੀ, ਲੇਕਿਨ ਮੇਰੀ ਮਾਂ ਨੇ ਕਿਹਾ ਸੀ ਕਿ ਇੱਕ ਮੇਰੀ ਪਸੰਦ ਦੀ ਨਾਚ ਜਿਹੜੀ ਹੈ ਨਾ ਤੂੰ ਉੱਥੇ ਜਾ ਕੇ ਪੜ੍ਹਨੀ ਹੈ, ਅਤੇ ਮੈਂ ਚਾਹੁੰਦਾ ਕਿ ਤੁਹਾਡੇ ਸਾਹਮਣੇ ਤੁਹਾਡੀ ਮੌਜੂਦਗੀ 'ਚ ਤੁਹਾਡੇ ਵੀ ਦਿਲ 'ਚ ਮੈਂ ਘਰ ਕਰ ਲਵਾਂ, ਬੜੀ ਬੜੀ ਖੁਸ਼ੀ ਹੋਏਗੀ ਮੈਨੂੰ। ਇੱਕ ਨਾਚ ਦੇ ਜਿਹੜਾ ਹੈ ਨਾ ਮੈਂ 2 ਅਸ਼ਾਰ ਸੁਣਾਵਾਂਗਾ। ਬਾਈ ਜੀ ਮੇਰੇ ਚੜ੍ਹਦੇ ਪੰਜਾਬ ਵਾਲੇ, ਲੈਂਦੇ ਪੰਜਾਬ ਵਾਲੇ, ਬਾਈ ਦੇ 2 ਬੋਲ ਸੁਣ ਕੇ ਦਾਤ ਜ਼ਰੂਰ ਦਿਓ ਜੇ ਤੁਹਾਨੂੰ ਪਸੰਦ ਆਉਣ, ਕਿਉਂਕਿ ਮੈਂ ਵੀ ਪਹਿਲੀ ਵਾਰੀ ਇਸ ਨਾਥਪਾ ਨੂੰ ਮਿਲਿਆ, ਮੇਰਾ ਭਰਾ ਮੈਨੂੰ ਮਿਲਣ ਆਇਆ, ਮੈਨੂੰ ਬਹੁਤ ਖੁਸ਼ੀ ਹੋਈ ਆ, ਅਤੇ ਬਾਈ ਦੇ 2-4 ਬੋਲ ਕਹਿੰਦੇ ਤੁਹਾਨੂੰ ਸੁਣਾਉਣਾ ਚਾਹੁੰਦੇ, ਅਤੇ ਬਾਈ ਉਹਨਾਂ ਦੀ ਵਾਲਦਾ ਨੇ ਬਾਈ ਨੂੰ ਕਹਿ ਕੇ ਭੇਜਿਆ ਕਿ ਜਾ ਕੇ ਤੂੰ ਉੱਥੇ ਸੁਣਾਉਣੇ ਆ, ਅਤੇ ਬਾਈ ਇਸ ਕਰਕੇ ਸਪੈਸ਼ਲ ਇਹ ਨਾਚ ਸੁਣਾਉਣੀ ਹੈ, ਸਪੈਸ਼ਲ ਕਹਿੰਦੇ ਜੀ ਉਹਨਾਂ ਨੇ ਕਿਹਾ ਵੀ ਤੁਸੀਂ ਇਹ ਨਾਚ ਸੁਣਾਉਣੀ ਹੈ, ਕੋਈ ਕਾਬਲ ਇਹਤਰਾਮ ਆ, ਮਾਂ ਜੀ ਨੂੰ ਵੀ ਸਾਡਾ ਸਲਾਮ ਕੀਓ ਜਾ ਕੇ, ਅਤੇ ਦੁਆ ਸਾਡੇ ਵਾਸਤੇ ਹਰ ਟਾਈਮ ਉਹਨਾਂ ਨੂੰ ਕਿਉਂ ਕਰਦੇ ਰਹਿਣ, ਜਿੱਦਾਂ ਦੇ ਤੁਸੀਂ ਪੁੱਤਰ ਉਹਨਾਂ ਦੇ ਸੀ, ਉਹਨਾਂ ਦੇ ਪੁੱਤਰ ਇਨਸ਼ਾਅੱਲਾ ਜੀ, ਤੁਸੀਂ ਸਾਡੇ ਕੋਲ ਆਏ ਆ, ਹਮੇਸ਼ਾ ਤੁਹਾਡੀ ਕਦਰ ਹੋਏਗੀ, ਜਦੋਂ ਦਿਲ ਕਰੇ ਤੁਸੀਂ ਮੇਰੇ ਕੋਲ ਆਓ, ਤੇ ਘਰ ਬਣ ਗਿਆ ਹੁਣ, ਤੁਸੀਂ ਵੀ ਜਦੋਂ ਬਾਬਲ ਕਰਾਣਾ ਤੇ ਤੁਸੀਂ ਭਰਾ ਦੇ ਕੋਲ ਆਣਾ, ਮੈਂ ਤੇ ਵਿੱਚ ਸ਼ਹਿਰ ਦੇ ਰਹਿੰਦਾ, ਤਾਬੇਦਾਰ ਬਿਲਕੁਲ ਸ਼ਹਿਰ ਦੇ ਵਿੱਚ ਜ਼ਰੂਰ ਵੀ, ਤੇ ਤੁਸੀਂ ਸਾਨੂੰ ਨਾਚ ਸੁਣਾਓ ਜੀ ਇਨਸ਼ਾਅੱਲਾ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਮੁਹੰਮਦ ਵਾਲੇ ਮੁਹੰਮਦ, ਮੇਰਾ ਗਦਾ ਮੇਰਾ ਮੰਗਤਾ ਨਾਮ ਹੋ ਜਾਏ ਮੇਰਾ।
यकीन से आया मोन के रोजे से, वो फिर कहेंगे के वापिस अली गुलाम आए, वो फिर कहेंगे के वापिस अली गुलाम आए। मेरा गदा मेरा मंगता मेरा गुलाम आए। अल्लाह पाक मेरे भरा की आवाज होर सुर पावे, बहुत 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 सुरीली आवाज और दिली सुकून मिले। ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਹਲਫਨ ਮੈਂ ਤੁਹਾਨੂੰ ਗੱਲ ਕਰਦਾ ਕਿ ਮੈਨੂੰ ਦਿਲੀ ਸਕੂਨ ਮਿਲਿਆ ਤੇਰੀ ਆਵਾਜ਼। ਅੱਲਾਹ ਤਾਲਾ ਬਹੁਤ ਗਰੀਬ ਹੈ ਤੁਹਾਡੇ ਸਦਕੇ, ਐਕਸੈਪਟ ਨਹੀਂ ਕਰ ਰਿਹਾ ਸੀ ਇੰਨੀ ਮਤਲਬ ਕਿ ਸੁਰੀਲੀ ਆਵਾਜ਼ ਹੈ, ਇੰਨੀ ਕੁ ਬਰੀਕ ਜੀ ਜਾਨ ਦੇ ਵਿੱਚ ਛੋਟੇ ਜਿਹੇ ਕੱਦ 'ਚ, ਅਤੇ ਮਾਸ਼ਾਅੱਲਾ ਤੂੰ ਬਹੁਤ ਬੜਾ ਦੁਨੀਆ ਦਾ ਕੀਮਤੀ ਖਜ਼ਾਨਾ ਲਈ ਬੈਠਾ। ਤੂੰ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸਿਫਤ ਬਿਆਨ ਕਰਨ ਵਾਲਾ, ਅੱਲਾਹ ਤਾਲਾ ਨੇ ਤੈਨੂੰ ਆਹ ਰਾਹ ਦਿੱਤਾ, ਅਤੇ ਇਨਸ਼ਾ ਅੱਲਾਹ ਤਾਲਾ ਰੱਬ ਤੈਨੂੰ ਇਸ ਤਰ੍ਹਾਂ ਵੀ ਦੁਨੀਆ ਤੋਂ ਅਲੱਗ ਦੇ। ਇਹ ਦੁਆ ਕਰੋ ਕਿ ਅੱਲਾਹ ਤਾਲਾ ਮੇਰੀ ਪਹਿਚਾਨ ਇਨਸ਼ਾ ਅੱਲਾਹ ਮੁਹੰਮਦ ਵਾਲੇ ਮੁਹੰਮਦ ਦਾ ਜ਼ਿਕਰ ਕਰੇ। ਆਮੀਨ। ਔਰ ਹੁਣ ਜੀ ਉਸਾਮਾ ਭਾਈ ਤੁਸੀਂ ਜਾਣ ਲੈਂਦੇ ਹਾਂ, ਬਹੁਤ ਬਹੁਤ ਸ਼ੁਕਰੀਆ। ਮੈਨੂੰ ਬਹੁਤ ਖੁਸ਼ੀ ਹੋਈ ਇਹਦੇ ਆਉਣ ਤੋਂ ਹਟ ਕੇ, ਜਿਹੜੀ ਇਹਨੇ ਮੈਨੂੰ ਨਾਚ ਸੁਣਾਈ ਆ, ਇੱਕ ਨਾਥ ਖਾਂ ਮੈਨੂੰ ਮਿਲਣ ਆਇਆ। ਇਹਦਾ ਮੁਕਾਮ ਜੋ ਹੈਗਾ, ਅਸੀਂ ਜਿੰਨੇ ਵੀ ਮਸ਼ਹੂਰ ਹੋ ਜਾਈਏ ਸਾਡੇ ਤੋਂ ਉੱਚਾ ਹੀ ਆ। ਅਸੀਂ ਕਾਸ਼ ਮੇਰਾ ਸੋਹਣਾ ਮਾਲਕ ਸਾਨੂੰ ਵੀ ਇਹ ਸਲਾਹੀਅਤ ਦੇ ਦੇਵੇ, ਅਸੀਂ ਵੀ ਨਾਤਾਂ ਬਿਆਨ ਕਰੀਏ। ਇਹ ਹਰ ਕਿਸੇ ਦਾ ਕੰਮ ਨਹੀਂ ਨਾ, ਇਹ ਚੁਣੇ ਹੋਏ ਬੰਦੇ ਹੈ, ਡਿਊਟੀਆਂ ਲੱਗੀਆਂ ਜਿਨ੍ਹਾਂ ਨੇ ਥੱਲੇ ਸਿਫਤਾਂ ਬਿਆਨ ਕਰਨੀਆਂ, ਆਵਾਜ਼ਾਂ ਬੁਲੰਦ ਕਰਨੀਆਂ। ਅੱਲਾਹ ਪਾਕ ਮੇਰੇ ਭਰਾ ਨੂੰ ਕਾਮਯਾਬ ਕਰੇ ਔਰ ਜਲਦ ਤੋਂ ਜਲਦ ਕਾਮਯਾਬ ਕਰੇਗਾ ਮੇਰੇ ਵੀ ਚਾਹੁਣ ਵਾਲੇ, ਮੇਰੇ ਦੇਖਣ ਵਾਲੇ, ਚੜ੍ਹਦੇ ਵਾਲੇ, ਲਹਿੰਦੇ ਵਾਲੇ, ਵਲੈਤਾਂ ਵਾਲੇ। ਮੇਰੇ ਭਰਾ ਨੂੰ ਸਬਸਕ੍ਰਾਈਬ ਕਰੋ, ਇਹਦੀ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਆਪਣੇ ਰਿਸ਼ਤੇਦਾਰਾਂ ਕੋਲ ਕਰਾਓ, ਤੁਹਾਨੂੰ ਪਸੰਦ ਆਏਗੀ ਇਨਸ਼ਾ ਅੱਲਾਹ ਤਾਲਾ। ਕਿਉਂਕਿ ਬਹੁਤ ਹੀ ਸਾਫ਼ ਸੁਥਰਾ ਮੁੰਡਾ, ਕੋਈ 2 ਘੰਟੇ ਮੇਰੇ ਨਾਲ ਅੰਦਰ ਬੈਠ ਕੇ ਇਹਨੇ ਗੱਲਬਾਤ ਕੀਤੀ ਹੈ, ਇਹਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਅੱਛਾ ਲੱਗਾ। ਔਰ 8 ਸਾਲ ਤੋਂ ਬਾਈ ਮਿਹਨਤ ਕਰਦਾ ਪਿਆ ਯੂਟਿਊਬ 'ਤੇ, ਅੱਲਾਹ ਤਾਲਾ ਨੇ ਰੰਗ ਲਾਉਣੇ ਹੁੰਦੇ ਆ, ਰੱਬ ਕਿਸੇ ਨੂੰ ਜੁਮੇ 8 ਦਿਨ ਹੁੰਦੇ ਸਾਡੇ ਵਰਗਿਆਂ ਨੂੰ ਯੂਟਿਊਬ 'ਤੇ ਆਇਆਂ ਨੂੰ ਤਾਂ ਰੰਗ ਲਾ ਦਿੰਦਾ। ਬਾਈ ਨੂੰ ਇੱਕ ਅਰਸਾ ਦਰਾਜ਼ ਹੋ ਗਿਆ, ਫਿਰ ਬਾਈ ਨੇ ਇੱਕ ਹੋਰ ਗੱਲ ਦੱਸੀ ਮੈਂ ਨਹੀਂ ਦੱਸਣਾ ਚਾਹੁੰਦਾ, ਬਹੁਤ ਹਾਰਡ ਵਰਕਿੰਗ ਕੀਤੀ ਆ ਬਾਈ ਨੇ ਛੋਟੀ ਜਿਹੀ ਉਮਰ ਦੇ ਵਿੱਚ ਹੀ, ਅਤੇ ਤੁਸੀਂ ਇਹਦੀ ਸਪੋਰਟ ਕਰੋ ਔਰ ਤੁਨ ਤਨਾ ਕੇ ਕਰੋ। ਹੈਪੀ ਟੂ ਯੂ ਹੋ ਜਾਣਾ ਚਾਹੀਦਾ ਬਾਈ ਨਾ, ਹੈ 2.5-2.25 ਕਰ ਦਿਓ ਬਾਈ ਜੀ, ਚੰਗਾ ਰੱਬ ਰੱਖਾ। ਬਹੁਤ ਬਹੁਤ ਸ਼ੁਕਰੀਆ ਜੀ ਸਾਮਾ ਬਾਈ, ਮੈਂ ਵੀ ਤੁਹਾਡੇ ਅੱਗੇ ਸ਼ੁਕਰੀਆ ਕਰਦਾ, ਬਹੁਤ ਬਹੁਤ ਸ਼ੁਕਰੀਆ। ਖੁਸ਼ ਰਹੋ ਬਾਲ। ਥੈਂਕ ਯੂ ਜੀ। ਬਹੁਤ ਬਹੁਤ ਸ਼ੁਕਰੀਆ ਸਰ, ਉਸਾਮਾ ਭਾਈ ਹੁਣ ਤੁਸੀਂ ਜਦੋਂ ਵੀ ਆਉਣਾ ਬਾਵਾ ਨਗਰ, ਇਸ ਵੀਰ ਨੂੰ ਨਹੀਂ ਭੁੱਲਣਾ। ਉਵੇਂ ਤਾਂ ਨਹੀਂ ਤੁਸੀਂ ਮੇਰੀ ਆਵਾਜ਼ ਤੋਂ ਭੁੱਲਣ ਲੱਗੇ, ਲੇਕਿਨ ਫਿਰ ਵੀ ਮੈਂ ਸ਼ਹਿਰ ਦੇ ਵਿੱਚ ਹੀ ਰਹਿਣਾ, ਤੁਸੀਂ ਜਦੋਂ ਵੀ ਆਓਗੇ ਤੁਸੀਂ ਮੇਰੇ ਘਰ ਦੇ ਲੰਘ ਕੇ ਤੁਸੀਂ ਜਿੱਥੇ ਵੀ ਜਾਓਗੇ ਤੇ ਜਾਓਗੇ। ਠੀਕ ਹੋ ਗਿਆ, ਮੈਂ ਜਦੋਂ ਆਇਆ ਇਨਸ਼ਾਅੱਲਾ ਨੰਬਰ ਆਪਾਂ ਚੇਂਜ ਕਰ ਲਿਆ, ਇਨਸ਼ਾਅੱਲਾ ਤਾਲਾ ਜੀ ਮੁਲਾਕਾਤ ਹੁੰਦੀ ਰਹੇਗੀ। ਬੱਚੇ ਦਾ ਥੋੜਾ ਜਿਹਾ ਫੋਨ ਜੀ ਜ਼ਰਾ ਚੱਲਦੇ ਜੀ ਕਾਰ, ਤੇ ਬੋਲਣਾ ਚਲਾ ਸ਼ਾਨੋ ਨੇ ਆਪ ਕੀ ਬੜੀ ਦਰੀ ਨਾ ਖੈਸ਼ ਪੂਰੀ ਕਰ ਦੀ, ਮਤਲਬ ਮਾਰੀ ਦੁਆਏ ਆਪ ਕੇ ਸਾਥ ਨਾਲ ਆਪ ਕੋ ਬਰਕਤ। ਆਮੀਨ 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 ਜੀ। ਮਾਸ਼ਾਅੱਲਾ ਹਾਫਿਜ਼ ਮੁਹੰਮਦ ਅਲੀ ਸਾਹਿਬ, ਬਹੁਤ ਆਪਨੇ ਬਹੁਤ ਅੱਛੀ ਕਾਫੀ ਜਾਰੀ ਰੱਖੀ ਹੋਈ ਹੈ, ਅੱਲਾਹ ਤਾਲਾ ਆਪਕੋ ਉਨਕੋ ਨਾਸ ਕੇ ਹਵਾਲੇ ਸੇ ਵੀ ਔਰ ਦੂਸਰੇ ਇਸ਼ੂ ਔਰ ਬਿਲਾਸ ਕੇ ਹਵਾਲੇ ਸੇ ਆਮੀਨ ਕਰਤੇ ਹੈ। ਆਮੀਨ ਆਮੀਨ। ਅੱਲਾਹ ਤਾਲਾ ਆਪਕੋ ਤਰੱਕੀ ਦੇ ਔਰ ਮਾਸ਼ਾਅੱਲਾ ਆਪਕੋ ਜੋ ਮੁਲਾਕਾਤ ਰਹੀ ਹੈ ਦੂਰ ਮੰਡੀ ਚੈਨਲ ਕੇ ਜੋ ਬਹੁਤ ਬੜੇ ਜਿਨਕਾ ਸਾਬਾ ਸਾਬਾ ਭਾਈ, ਅੱਲਾਹ ਤਾਲਾ ਆਪਕੋ ਉਮੀਦ ਜੋ ਹੈ ਇਸਕਾ ਸੀਖਨੇ ਕਾ ਔਰ ਆਗੇ ਬੜੇ ਕਾ ਵਕਤ। ਆਮੀਨ ਆਮੀਨ ਆਮੀਨ। ਲਓ ਜੀ ਮੱਕਾ ਬੇਕਰੀ ਟਾਵਰ 'ਤੇ ਅਸੀਂ ਆ ਗਏ ਹਾਂ, ਸ਼ੇਖ ਸਾਹਿਬ ਕੇ ਬਹੁਤ ਜ਼ਿਆਦਾ ਚਾਹਨੇ ਵਾਲੇ ਹੈ, ਉਨਕੇ ਪਾਸ ਆ ਰਹੇ ਹਾਂ।
ऊपर आ गए थे, खाने का इंतजाम किया हुआ था और चिश्तियाँ बाजार का विजिट भी करा दवा। नज़र से तुम कख नहीं आ रहे होना, लेकिन मैं पहली बार अच्छा हूँ पंजाबी स्कूलों बोल रहा क्योंकि उन्होंने पंजाबी से गल की तो बाकी वो पंजाबी का मजा कुछ और आ गया। अच्छा मुफ्ती साहब, मुझे बड़ी एक चीज़ ना इसकी बेकरी की अच्छी लगी है कि माशाल्लाह से मेरे लिए ये पहली चीज़ है कि जिसमें तमाम ऐसी चीज़ों का बाइकआउट किया गया क्योंकि इसराइली प्रोडक्ट मल्टी नेशनल कंपनियों के कोई भी प्रोडक्ट मौजूद नहीं थी। बड़ा अच्छा लगा कि शैजान जो हमारे मुस्लिम से ताल्लुक रखते हैं जी, कभी उन्होंने बाइकआउट किया हुआ जी जी, किसी किस्म की चीज़ें नहीं रखता और माशाल्लाह बहुत ज़बरदस्त बेकरी चल रही है इनकी। और वैसे अगर देखा जाए बेकरी अमूमन हमारी होती है, अगर ये सामान नहीं होगा तो बेकरी चलेगी क्या? बल्कि इन कंपनियों का भी दावा होता है कि ऐसी कोई चीज़ जो हमारे बगैर रख कर या बगैर रखे वो नहीं चला पाते, लेकिन अल्लाह ताला मेन इसका नाम बताइएगा तुम्हारा। अलमक्का टावर बेकर्स है ये चिश्तियाँ। अच्छा, ये आप लोगों से भी मैं कहूँगा जब भी आप लोग चिश्तियाँ आएँ अलमक्का टावर बेकर जो हैं इधर आप लाजमी हैं, ज़रूर विज़िट करें। हाँ जी शेख साहब, बहुत बहुत शुक्रिया जी, बहुत बहुत शुक्रिया साजिद भाई, आपका तो ढेरों ढेरों शुक्रिया। एहसान मैं भुलांगा नहीं जो तुम किया, छोटा भरा समझ के बहुत बहुत शुक्रिया। ओके मुफ्ती साहब, सर आपके साथ इंशाल्लाह रहेगा इंशाल्लाह ताला जी, इंशाल्लाह ताला। ओके जी, अल्लाह।